ਤਰਨਤਾਰਨ ਨੇੜੇ ਪਿੰਡ ਮੁਗਲ ਚੱਕ ਵਿਖੇ ਗੁੱਜਰ ਭਾਈਚਾਰੇ ਦੀਆਂ ਵਿਆਹ ਰਸਮਾਂ ਚੱਲ ਰਹੀਆਂ ਸਨ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਖੂਬ ਇੱਟਾਂ ਰੋੜੇ ਅਤੇ ਗੋਲੀਆਂ ਚੱਲੀਆਂ। ਇਸ ਦੇ ਦੌਰਾਨ ਹੀ ਅਲਾਮਤ ਨਾਮ ਦੇ ਵਿਅਕਤੀ ਦਾ ਮੱਥਾ ਅਤੇ ਮੂੰਹ ਕੋਲ ਗੋਲੀ ਵੱਜਣ ਕਾਰਨ ਤਰਨਤਾਰਨ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਅਤੇ ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਤਰਨਤਾਰਨ ਸਿਵਲ ਹਸਪਤਾਲ ਤੋਂ ਸਿੱਧਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਅਤੇ ਪੁਲਿਸ ਚੌਂਕੀ ਬੱਸ ਅੱਡਾ ਇੰਚਾਰਜ ਗੱਜਣ ਸਿੰਘ ਪੁਲਿਸ ਪਾਰਟੀ ਸਹਿਤ ਮੌਕੇ ਤੇ ਪੁੱਜੇ। ਇਸ ਮੌਕੇ ਪੁਲਿਸ ਪਾਰਟੀ ਨੇ ਝਗੜੇ ਵਾਲੀ ਜਗ੍ਹਾ ਤੋਂ ਮੌਕੇ ਤੇ ਇੱਕ ਕਾਰ ਕਬਜ਼ੇ ਵਿੱਚ ਲਈ ਅਤੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ ਲਈ ਕਾਮਯਾਬ ਹੋ ਗਏ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਤੇ ਦੋਵੇਂ ਪਾਰਟੀਆਂ ਬੈਠੀਆਂ, ਇੱਕ ਪਾਰਟੀ ਉਧਰ ਬੈਠੀ ਸੀ, ਇਹ ਪਾਰਟੀਆਂ ਇੱਥੋਂ ਭੱਜ ਗਏ ਤੇ ਉਹਨਾਂ ਦੇ ਘਰੇ ਪਏ। ਉਧਰੋਂ ਗਾੜੀਓਂ ਇਕੱਠੇ ਹੋਏ ਤੇ ਇਹਨਾਂ ਨੇ ਗੋਲੀ ਲਾਤੀ ਜਾ ਕੇ ਭੱਜ ਗਏ। ਹਾਂਜੀ, ਉਹਨਾਂ ਦਾ ਆਲਮਦੀਨ ਜਿਹਨੂੰ ਗੋਲੀ ਲੱਗੀ ਹੈ, ਜਿਹੜੇ ਇੱਥੋਂ ਜਾਣ ਵਾਲੇ ਸਦੀਕ ਹੋਣੀ। ਹਾਂਜੀ, ਹੁਣ ਕੱਖ ਨਹੀਂ, ਹਸਪਤਾਲ ਲੈ ਕੇ ਗਏ ਆ, ਵੇਖੋ ਕੀ ਬਣਦਾ ਕੀ ਨਹੀਂ। ਉਹਦੇ ਮੱਥੇ ਤੇ ਗੋਲੀ ਲੱਗੀ ਹੈ ਜੀ। ਬੰਦੇ ਹੈਗੇ 100-150 ਬੰਦਾ। ਹਾਂਜੀ, ਇੱਥੇ ਵਿਆਹ ਸੀ ਆਪਣੇ, ਆਪਣੇ ਲੜਕੇ ਦਾ ਵਿਆਹ ਸੀ। ਹਾਂਜੀ ਹਾਂਜੀ, ਇੱਥੋਂ ਭੱਜ ਕੇ ਗਏ ਉਹ, ਉੱਥੇ ਪੁਲ 'ਤੇ ਹੋਈ ਲੜਾਈ ਸੀ। ਪੁਰਾਣੀ ਅੱਗੇ ਰਿੰਦਸ਼ ਹੈਗੀ ਇਹਨਾਂ ਦੇ ਆਪ ਵਿੱਚੋਂ ਚੱਲਦੀ ਆ। ਹਾਂਜੀ, ਵਿਆਹ 'ਚ ਭੰਗ ਪੈ ਗਿਆ ਜੀ। ਹੁਣ ਇਹੋ ਵੀ ਇਨਸਾਫ਼ ਹੋਣਾ ਚਾਹੀਦਾ ਦੋਨਾਂ। ਮਾਮਲਾ ਇਹਨਾਂ ਨੇ ਨਾ ਗੁੱਜਰਾਂ ਦਾ ਕੋਈ ਆਪਸੀ ਪੁਰਾਣੀ ਰੰਜਿਸ਼ ਚੱਲਦੀ ਆਉਂਦੀ ਸੀ 2-3 ਸਾਲ ਤੋਂ ਇਹਨਾਂ ਦੀ। ਇਹਨਾਂ ਨੇ ਇੱਕ ਦੂਜੇ 'ਤੇ ਪਰਚੇ ਕਰਾਏ। ਅੱਜ ਇਹਨਾਂ ਦੇ ਵਿਆਹ 'ਚ ਲੰਡਿਆ ਸੀ, ਇਹਨਾਂ ਦੇ ਇੱਥੇ ਮੁਗਲ ਚੱਕ ਪਿੰਡ ਆ, ਇੱਥੇ ਵਿਆਹ ਦਾ ਪ੍ਰੋਗਰਾਮ ਚੱਲਣ ਡਿਆ ਸੀ ਅਤੇ ਇੱਥੇ ਵਿਆਹ ਦੇ ਵਿੱਚ ਆਏ ਸੀ ਅਤੇ ਦੂਜੀ ਧਿਰ ਨੂੰ ਪਤਾ ਲੱਗ ਗਿਆ ਵੀ ਇੱਥੇ ਵਿਆਹ ਵਾ। ਉਹਨਾਂ ਨੇ ਵਿਆਹ ਦਾ ਫਾਇਦਾ ਉਠਾ ਕੇ ਅਤੇ ਇੱਕ ਬੰਦੇ 'ਤੇ ਗੋਲੀ ਮਾਰਤੀ ਹੈ, ਜ਼ਖਮੀ ਹੈ ਜਿਹੜਾ ਤਰਨ ਤਰਨ ਘੱਲਿਆ ਸੀ ਅਤੇ ਉਹਨੂੰ ਰੈਫਰ ਕਰ ਦਿੱਤਾ ਮਨਦੀਪ। ਉਹਦੇ ਘਰਵਾਲੀ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਰਹੇ ਹਾਂ। ਮਾਨਯੋਗ SHO ਸਾਹਿਬ ਮੌਕੇ ਤੇ ਉਹਨਾਂ ਉਹ ਵੇਖ ਕੇ ਮੌਕਾ ਤੇ ਹੁਣ ਪਰਚਾ ਦਰਜ ਕਰ ਲਿਆ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।